ਮਾਤਾ ਮਹੀਨਾ ਤੁਹਾਨੂੰ ਕੰਮ ਕਰਨਾ ਪੈ ਜਾਣਾ ਵਾ, ਮੈਂ ਕਹਿੰਦਾ ਰਹਿਣ ਦੇ ਹਲੇ ਵੀ ਨਾ ਕਰਵਾ। ਆਹੋ ਫੇਰ ਕੀ, ਮੇਰੇ ਤੋਂ ਕਰਾਣਗੀਆਂ ਕੰਮ ਦੋਨੋਂ ਜਾਣੀਆਂ ਮਿਲ ਕੇ। ਹਾਂਜੀ, ਕੀ ਹਾਲ ਚਾਲ ਆ ਮਿੱਤਰੋ, ਵੈਲਕਮ ਬੈਕ, ਸਵਾਗਤ ਆ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ, ਨਵੀਂ ਵੀਡੀਓ ਦੇ ਵਿੱਚ। ਤਾਂ ਮਿੱਤਰੋ, ਅੱਜ ਆਪਾਂ ਚੱਲੇ ਹਾਂ ਪ੍ਰੀਤ ਦੇ ਨੇਲ ਐਕਸਟੈਂਸ਼ਨ ਕਰਾਉਣ ਵਾਸਤੇ। ਇੰਨੇ ਮੈਡਮ ਨੇ ਮੈਨੂੰ ਦੱਸਿਆ ਨਹੀਂ ਗਾ, ਮੇਰੇ ਦੱਸੇ ਬਿਨਾਂ ਨਾ ਕਲੈਬ ਬੁੱਕ ਕਰ ਲਿਆ ਵਾ। ਅਤੇ ਉਰੇ ਆਪਣੇ ਹੈਗੇ ਆ ਮੁਸਕਾਨ ਰਾਵਤ, ਨੇਲ ਐਕਸਟੈਂਸ਼ਨ ਦਾ ਕੰਮ ਆ ਭੈਣ ਦਾ, ਅਤੇ ਨਾਲੇ ਆਹ ਪਲਕਾਂ ਦਾ ਕੀ ਕਹਿੰਦੇ ਇਹਨਾਂ ਨੂੰ, ਆਈਲੈਸ਼ ਜਿਹੜੀਆਂ ਪਲਕਾਂ ਜਿਹੀਆਂ ਲਾਉਂਦੀਆਂ ਕੁੜੀਆਂ, ਉਹਦਾ ਕੰਮ ਆ ਭੈਣ ਦਾ, ਅਤੇ ਨੇਲਜ਼ ਦਾ ਕੰਮ ਆ, ਬਹੁਤ ਘੈਂਟ ਕੰਮ ਆ ਭੈਣ ਦਾ। ਅਤੇ ਇੰਨੇ ਭੈਣ ਦੇ ਨਾਲ ਕੁਲੈਬ ਬੁੱਕ ਕੀਤਾ ਹੋਇਆ ਵਾ, ਅਤੇ ਹੁਣ ਆਪਾਂ ਚੱਲੇ ਹਾਂ ਇਹਦੇ ਨੇਲ ਐਕਸਟੈਂਸ਼ਨ ਕਰਾਉਣ ਵਾਸਤੇ। ਅਤੇ ਆਹ ਵੇਖ ਲਓ, ਇਹਦੇ ਪਹਿਲਾਂ ਹੀ ਨੇਲ ਹੀ ਨਹੀਂ ਦੇਖੀ ਆ, ਮੈਂ ਕਿਹਾ ਜਵਾਨ ਪਹਿਲਾਂ ਹੀ ਨਹੀਂ ਦੇਖੀ ਆ, ਅਤੇ ਨੌ ਵੀ ਤਿੱਖੇ ਕਰਾ ਲੈਣੇ ਇਹਨੇ, ਮੈਨੂੰ ਬਚਣਾ ਔਖਾ ਹੋ ਜਾਣਾ ਵਾ। ਮੈਂ ਕਹਿ ਰਿਹਾ, ਮੈਂ ਕਿਹਾ ਨਾ ਕਰਾ, ਮੈਂ ਉਦੋਂ ਦੇ ਤਰਲੇ ਪਾਈ, ਉਦੋਂ ਦੇ ਤਰਲੇ ਪਾਈ ਜਾਂਦਾ ਮੈਂ। ਮੁੱਕਰ ਹੀ ਨਾ ਜਾਣ ਕਿਤੇ ਉਹ। ਚਲੋ ਯਾਰ, ਚਲੋ ਬਾਈ ਕਰਾ ਲਿਆਈਏ। ਬਲੌਗ ਪੂਰਾ ਦੇਖਿਓ ਦੋਸਤੋ, ਤੇ ਦੇਖਿਓ ਫਿਰ ਪ੍ਰੀਤ ਦੇ ਆਪਾਂ ਕਿੱਦਾਂ ਕਰਾਉਣੇ ਆ ਨੇਲਜ਼ ਦੀ ਐਕਸਟੈਂਸ਼ਨ। ਤੇ ਹੋਰ ਪ੍ਰੀਤ, ਜਵਾਨ ਵੀ ਐਕਸਟੈਂਸ਼ਨ ਕਰਾਉਣੀ ਆ ਆਪਣੀ? ਜਵਾਨ ਪਹਿਲੇ ਵਧੇਰੀ ਲੰਬੀ ਆ, ਉਹਨੂੰ ਲੰਬੀ ਕਰਾਉਣ ਦੀ ਕੋਈ ਲੋੜ ਨਹੀਂ। ਤੇ ਬਾਈ ਜੀ, ਇਹਨੇ ਵੇਖ ਲਿਓ ਤੁਸੀਂ, ਇਹ ਨੋ ਲਵਾ ਤਾਂ ਲੈਣੇ ਆ, ਪਰ ਮਹੀਨਾ ਕੰਮ ਨੂੰ ਹੱਥ ਨਹੀਂ ਲਾਉਣਾ, ਮੈਨੂੰ ਤਾਂ ਕੰਮ ਦੀ ਟੈਨਸ਼ਨ ਆ। ਅਤੇ ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ ਕੀ ਕਰਾਉਂਦੀ, ਉਹ ਵੀ ਤੁਹਾਨੂੰ ਨਾਲ ਅਪਡੇਟਸ ਦੇਵਾਂਗੇ, ਠੀਕ ਹੈ ਕਿ ਨਹੀਂ? ਮੇਰੇ ਤੋਂ ਕਰਾਉਂਦੀ ਹੈ ਕੰਮ ਜਾਂ ਆਪ ਕਰਦੀ ਆ, ਠੀਕ ਆ? ਅਤੇ ਚਲੋ ਆਪਾਂ ਪਹੁੰਚ ਕੇ ਤੁਹਾਨੂੰ ਮਿਲਦੇ ਹਾਂ ਫਿਰ ਮੁਸਕਾਨ ਸਟੂਡੀਓ। ਲੋ ਗਾਈਜ਼, 20 ਮਿੰਟਾਂ 'ਚ ਆਪਾਂ ਪਹੁੰਚ ਕੇ, ਜਾ ਕੇ ਆਪਾਂ ਪਾਣੀ ਪੂਣੀ ਪੀਤਾ, ਅਤੇ ਭੈਣ ਲੱਗ ਪਏ ਕਰਨ ਪ੍ਰੀਤ ਦੇ ਨੇਲਜ਼ ਦਾ ਮੁਆਇਨਾ। ਘਰੋਂ ਮੈਡਮ ਨੇਲ ਕੱਟ ਕੇ ਨਹੀਂ ਸੀਗੀ, ਸਭ ਤੋਂ ਪਹਿਲਾਂ ਤਾਂ ਇਹਦੇ ਨੇਲ ਕੱਟਣੇ ਪਏ। ਥੋੜ੍ਹੇ ਤੁਸੀਂ ਲੌਂਗ ਰੱਖ ਦਿਓ। ਫਿਰ ਚੱਕੀ ਭੈਣ ਨੇ ਰੇਤੀ 'ਤੇ ਲੱਗ ਪਏ ਪ੍ਰੀਤ ਦੇ ਨੇਲ ਦੇ ਉੱਤੇ ਰਗੜਾ। ਫਿਰ ਪ੍ਰੀਤ ਦੇ ਨਾਪ ਦੇ ਨੇਲ ਲੱਭ ਕੇ ਅਤੇ ਗੂੰਦ ਲਾ ਕੇ ਦਿੱਤੇ ਜੋੜ। ਐਡੇ ਤਿੱਖੇ ਤਿੱਖੇ ਨਾ ਲਵਾਲੇ ਇਹਨੇ, ਮੈਨੂੰ ਤਾਂ ਭਰਾ ਵੇਖ ਵੇਖ ਹੀ ਡਰ ਲੱਗੀ ਜਾਣ ਡਿਆ ਸੀ। ਯਾਰ ਇਹ ਤਾਂ ਬਾਲੇ ਤਿੱਖੇ ਲਵਾਲੇ ਤੂੰ, ਇਹਨਾਂ ਨੂੰ ਥੋੜ੍ਹੇ ਪੱਧਰੇ ਕਰਾ। ਨਹੀਂ ਨਹੀਂ ਠੀਕ ਹੈ ਇੱਦਾਂ ਹੀ। ਭੈਣੇ, ਇਹਨਾਂ ਨੂੰ ਥੋੜ੍ਹੇ ਪੱਧਰੇ ਕਰਕੇ ਭੇਜੋ। ਨਹੀਂ ਨਹੀਂ ਰਹਿਣ ਦੋ, ਠੀਕ ਹੈ ਇੱਦਾਂ ਹੀ। ਦੇਖੋ ਕੱਡੇ ਕੱਡੇ ਤਿੱਖੇ ਨਾ ਲਵਾਲੇ ਇਹਨੇ, ਘਰੇ ਕਹਿੰਦੀ ਸੀ ਛੋਟੇ ਛੋਟੇ ਲਵਾਉਂਗੀ। ਭੈਣੇ, ਇਹਨਾਂ ਨੂੰ ਕੱਟੋਗੇ ਮਾੜਾ ਮੋਟਾ ਜਾਂ ਨਹੀਂ? ਜਿੰਨੇ ਹੀ ਕਹਿਣਗੇ ਉਨੇ ਕਰ ਦਾਂਗੇ। ਮੈਂ ਤਾਂ ਕਹਿੰਦਾ ਜਿੰਨੇ ਨੇ ਵੱਢਦੇ ਉਹਦੇ ਦੇ ਆ, ਤਿੱਖਾ ਤਿੱਖਾ ਆਪਣਾ ਸਾਰਾ ਵੱਢ ਦਿਓ। ਫਿਰ ਭਰਾ ਤਰਲਾ ਮਿੰਤਾ ਕਰਕੇ ਥੋੜ੍ਹੇ ਬਹੁਤੇ ਛੋਟੇ ਕਰਾਏ ਦੇ ਨੇਲ, ਨੇਲ ਕਟਵਾ ਕੇ ਅਤੇ ਲੱਗ ਗਈ ਪ੍ਰੀਤ ਫਿਰ ਆਪਣਾ ਕਲਰ ਚੂਜ਼ ਕਰਨ। ਹੁਣ ਪ੍ਰੀਤ ਦਾ ਹੋ ਰਿਹਾ ਕਲਰ ਡਿਸਾਈਡ। ਜ਼ਿਆਦਾ ਕਲਰ ਵੇਖ ਕੇ ਦੀ ਮੱਤ ਮਾਰੀ ਗਈ ਸੀ, ਇੰਨੀ ਕਨਫਿਊਜ਼ ਹੋ ਗਈ ਸੀ, ਇਹਨੂੰ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਕਿਹੜਾ ਕਲਰ ਲਵਾਵਾਂ। ਉਸ ਹਿਸਾਬ ਨਾਲ ਲਵਾਈ ਕਿ ਜਿਹੜਾ ਘਰ ਜਾ ਕੇ ਕੰਮ ਵੀ ਕਰਨਾ ਵਾ। ਕੰਮ ਕੁੰਮ ਮੈਂ ਨਹੀਂ ਕਰਨਾ ਹੁਣ, ਇੱਕ ਮਹੀਨਾ ਤੁਸੀਂ ਕਹਿਓ। ਲੈ ਬੱਲੇ, ਇੱਕ ਤਾਂ ਤੁਸੀਂ ਨੂੰਹ ਲਵਾਵੇਂ ਤੇ ਉੱਤਾਂ। ਅੱਛਾ ਹੁਣ ਕੰਮ ਨਹੀਂ ਕਰਨਾ ਹੈ। ਆਹ ਹਾਲ ਨੇ ਦੋਸਤੋ ਜਨਾਨੀਆਂ ਦੇ, ਵੇਖ ਲਓ। ਮੈਡਮ ਤੋਂ ਡਿਸਾਈਡ ਹੀ ਨਹੀਂ ਸੀ ਹੋ ਰਿਹਾ ਕਿ ਮੈਂ ਕਿਹੜਾ ਕਲਰ ਕਰਾਵਾਂ, ਫਿਰ ਹਾਰ ਕੇ ਭੈਣ ਨੇ ਸਾਰੇ ਕਲਰ ਇਹਦੇ ਨੇਲਸ 'ਤੇ ਲਗਾ ਕੇ ਟਰਾਈ ਕਰਾਏ, ਤਾਂ ਜਾ ਕੇ ਇੱਕ ਰੰਗ ਇਹਨੂੰ ਪਸੰਦ ਆਇਆ। ਲਾਸਟ ਵਾਲਾ ਕਰਾ, ਕਰਾ ਲਾ, ਰੈੱਡ ਵੀ ਹੈ ਮੈਜੈਂਟਾ ਵੀ ਹੈ, ਲਾਸਟ ਵਾਲਾ ਕਰਾ। ਲੋ ਵੀ ਕਲਰ ਕਰ ਲਿਆ ਕੁੜੀ ਨੇ ਪਸੰਦ।
ਇੰਨਾ ਤਾਂ ਬੱਚਾ ਪੇਪਰ ਦੇਣ ਲੱਗੇ ਕਨਫਿਊਜ਼ ਨਹੀਂ ਹੁੰਦਾ ਜਿੰਨਾ ਇਹ ਨੇਲਜ਼ ਦਾ ਰੰਗ ਪਸੰਦ ਕਰਨ ਲੱਗੇ ਕਨਫਿਊਜ਼ ਹੋਈ ਬੈਠੀ ਸੀ। ਫਿਰ ਘੰਟਾ ਲਾ ਕੇ ਮੈਡਮ ਨੂੰ ਨੇਲਜ਼ ਦੀ ਅਸੈਸਰੀ ਪਸੰਦ ਕਰਾਈ ਅਤੇ ਮੁੜ ਕੇ ਭੈਣ ਲੱਗ ਪਏ ਪ੍ਰੀਤ ਦੇ ਨੇਲਜ਼ ਦੇ ਉੱਤੇ ਕਰਨ ਕਾਰੀਗਿਰੀ। ਇੱਕ ਨਵੀਂ ਚੀਜ਼ ਦੋਸਤੋ ਹੋਰ ਮੈਨੂੰ ਪਤਾ ਲੱਗੀ ਕਿ ਨੋ ਪਾਲਿਸ਼ ਲਾਉਣ ਤੋਂ ਬਾਅਦ ਹੱਥ ਨੂੰ ਆਧਾਰ ਕਾਰਡ ਵਾਲੀ ਮਸ਼ੀਨ 'ਚ ਵੀ ਰੱਖਣਾ ਹੁੰਦਾ ਵਾ। ਘਰੇ ਆ ਕੁੜੀਆਂ ਕਿੱਥੇ ਰੱਖਦੀਆਂ ਨੇ ਇਹ। ਬਾਈ ਜੀ ਹੋਰ ਗੱਲਾਂ ਦੀਆਂ ਗੱਲਾਂ ਮਜ਼ਾਕ ਰਿਹਾ ਇੱਕ ਪਾਸੇ, ਭੈਣ ਨੇ ਕੰਮ ਬਹੁਤ ਵਧੀਆ ਕੀਤਾ, ਬਹੁਤ ਸੋਹਣਾ ਕੰਮ ਕੀਤਾ ਭੈਣ ਨੇ ਪ੍ਰੀਤ ਦੇ ਨੇਲਜ਼ ਦੇ ਉੱਤੇ। ਅਗਰ ਤੁਸੀਂ ਵੀ ਕਿਸੇ ਨੇ ਕਰਾਉਣਾ ਹੋਵੇ ਤਾਂ ਜ਼ਰੂਰ ਦੋਸਤੋ ਵਿਜ਼ਿਟ ਕਰਿਓ। ਲੁਧਿਆਣੇ ਦੇ ਵਿੱਚ ਹੀ ਭੈਣ ਦਾ ਸਟੂਡੀਓ ਆ ਮੁਸਕਾਨ ਰਾਵਤ ਨਾਮ ਦੇ ਉੱਤੇ। ਬਹੁਤ ਸੋਹਣਾ ਕੰਮ ਕਰਦੇ ਆ ਭੈਣ ਦੇ ਔਰ ਮਿਹਨਤੀ ਵੀ ਬਹੁਤ ਨੇ। ਬਾਕੀ ਫਾਈਨਲ ਲੁੱਕ ਤੁਸੀਂ ਦੇਖ ਹੀ ਸਕਦੇ ਹੋ ਦੋਸਤੋ। ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਪ੍ਰੀਤ ਦੇ ਨੇਲਜ਼ ਕਿੱਦਾਂ ਦੇ ਲੱਗੇ ਔਰ ਭੈਣ ਦਾ ਕੰਮ ਕਿੱਦਾਂ ਦਾ ਲੱਗਿਆ। ਲੋ ਗਾਈਸ, ਫਾਈਨਲੀ ਪ੍ਰੀਤ ਦੇ ਨੇਲਜ਼ ਐਕਸਟੈਂਸ਼ਨ ਹੋ ਗਈ ਹੈ। ਦਿਖਾਈ, ਭੈਣ ਨੇ ਬਹੁਤ ਸੋਹਣਾ ਕੰਮ ਕੀਤਾ ਵਾ। ਕਿੱਦਾਂ ਲੱਗਿਆ ਮੈਡਮ ਤੁਹਾਨੂੰ? ਮੇਰੇ ਮਾਰੀ ਨਾ ਸਾਰੇ ਜਾਣੇ ਵਿਜ਼ਿਟ ਕੇ, ਬਹੁਤ ਅੱਛਾ ਨੇਚਰ ਆ, ਬਿਲਕੁਲ ਵੀ ਨਹੀਂ ਲੱਗਦਾ ਉੱਪਰਾਂ ਆ ਕੇ। ਫਸਟ ਟਾਈਮ ਜਿਵੇਂ ਮੈਂ ਆਈ ਹਾਂ, ਬਹੁਤ ਅੱਛੀ। ਤੁਸੀਂ ਵੀ ਸਾਰੇ ਜਾਣੇ ਆਇਓ, ਫੋਲੋ ਕਰੋ। ਭੈਣ ਦੀ ਆਈਡੀਆ ਆਪਾਂ ਥੱਲੇ ਮੈਂਸ਼ਨ ਜ਼ਰੂਰ ਕਰਾਂਗੇ, ਤੁਸੀਂ ਸਾਰੇ ਜਾਣੇ ਜਾ ਕੇ ਨਾ ਇੰਸਟਾ ਦੇ ਉੱਤੇ ਭੈਣ ਨੂੰ ਫੋਲੋ ਜ਼ਰੂਰ ਕਰਿਓ। ਭੈਣੇ ਆਪਣਾ ਕੋਈ ਯੂਟਿਊਬ ਤਾਂ ਨਹੀਂ ਹੈਗਾ ਨਾ, ਓਨਲੀ ਇੰਸਟਾ ਆਈਡੀ ਆ? ਇੰਸਟਾ ਆਈਡੀ ਤਾਂ ਮੈਂਸ਼ਨ ਕਰ ਦਾਂਗੇ ਦੋਸਤੋ, ਜਾ ਕੇ ਜ਼ਰੂਰ ਭੈਣ ਨੂੰ ਫੋਲੋ ਕਰਿਓ। ਲੋ ਗਾਈਸ, ਪ੍ਰੀਤ ਦੇ ਨੇਲ ਐਕਸਟੈਂਸ਼ਨ ਕਰਾ ਕੇ ਤੇ ਨਿਕਲ ਪਏ ਆ ਆਪਾਂ ਘਰ ਨੂੰ। ਆ ਦੇਖੋ ਕਿੱਦਾਂ ਦੇ ਹੋਏ ਨੇਲ ਐਕਸਟੈਂਸ਼ਨ, ਦਿਖਾ। ਕੀ ਬੋਲਿਆ ਕਰਕੇ ਮੈਂ ਤੈਨੂੰ? ਮੈਂ ਇਹੀ ਕਿਹਾ ਇਨਸਲਟ ਕਰਾਤੀ, ਉੱਥੇ ਰਿਵਿਊ ਦੇਣਾ ਸੀਗਾ ਜਦੋਂ ਆਪਾਂ ਕੀਤਾ ਤੇ ਰਿਵਿਊ ਅਗਲੀ ਨੇ ਲੈਣਾ ਹੀ ਸੀਗਾ ਤੇ ਉੱਥੇ ਪਜ਼ਲ ਹੀ ਹੋ ਗਈ, ਪਤਾ ਹੀ ਨਾ ਲੱਗੇ ਨੂੰ ਬੋਲਣਾ ਕੀ ਆ। ਮੈਂ ਇੱਕ ਇੱਕ ਸੀਨ 100 ਵਾਰੀ ਲੈ ਲਿਆ ਤਾਂ ਵੀ ਨਹੀਂ ਪਤਾ ਲੱਗ ਰਿਹਾ ਸੀਗਾ। ਬਹੁਤ ਨਰਵਸ ਹੁੰਦਾ ਵਾ ਮੇਰਾ ਮੋਟੂ। ਇੱਕ ਰਿਵਿਊ ਨਹੀਂ ਦਿੱਤਾ ਗਿਆ ਇਹਦੇ ਦੋ ਠੋਲੇ ਜਦੋਂ। ਭਾਈ ਜਿਹੜਾ ਪ੍ਰਮੋਸ਼ਨ ਲਈ ਸਾਨੂੰ ਬੁਲਾਉਂਦਾ ਹੁੰਦਾ ਨਾ, ਹਿਸਾਬ ਨਾਲ ਹੀ ਬੁਲਾਇਆ ਕਰੋ। ਆਹੋ।